ਸੰਜੀਵ ਕੁਮਾਰ, ਸਾਡੀ ਦੁਕਾਨ ਹੈ HS ਮੋਬਾਈਲ ਦੇ ਨਾਂ 'ਤੇ, ਦਾਣਾ ਮੰਡੀ ਦੇ ਸਾਹਮਣੇ ਹੁਸ਼ਿਆਰਪੁਰ ਰੋਡ 'ਤੇ। ਅਤੇ ਰਾਤੀ ਸਾਡੇ ਮਤਲਬ ਚੋਰੀ ਹੋ ਗਈ, ਬੰਦਾ 12:15 ਦੇ ਕਰੀਬ ਆਇਆ ਅਤੇ ਦੋ ਘੰਟੇ ਦੁਕਾਨ ਦੇ ਅੰਦਰ ਬੜੀ ਤਸੱਲੀ ਨਾਲ ਰਿਹਾ। 5 ਸਮਾਰਟਫੋਨ ਲੈ ਗਿਆ, 8-10 ਸਾਡੇ ਬਟਨਾਂ ਵਾਲੇ ਫੋਨ ਸੀਗੇ, ਗਾਹਕਾਂ ਦੇ ਫੋਨ ਪਏ ਸੀ ਰਿਪੇਅਰ ਹੋਣ ਲਈ 10-15, ਉਹ ਲੈ ਗਿਆ ਅਤੇ ਇੱਕ ਗੱਲੇ ਦੇ ਵਿੱਚ 10-12-15 ਹਜ਼ਾਰ ਦੇ ਕਰੀਬ ਕੈਸ਼ ਸੀਗਾ। ਅਤੇ ਬਾਕੀ ਇੱਕ ਗੋਲਕ ਲਗਾਈ ਹੋਈ ਸੀ ਜਿਹਦੇ ਵਿੱਚ 100 ਰੁਪਇਆ ਰੋਜ਼ ਅਸੀਂ ਰੱਬ ਦੇ ਨਾਮ ਦਾ ਕੱਢਦੇ ਸੀ। ਉਹ ਹਰ ਜੂਨ ਦੇ ਵਿੱਚ ਜਾਂਦੇ ਹੁੰਦੇ ਸੀ, ਜੂਨ ਆਉਣ ਵਾਲਾ ਸੀ, ਉਹ 10 ਮਹੀਨਿਆਂ ਦੇ ਉਹ ਪੈਸੇ ਸੀਗੇ, 20-25 ਹਜ਼ਾਰ ਦੇ ਕਰੀਬ ਉਹ ਹੋ ਜਾਣਾ। ਅਤੇ ਬਾਕੀ 2 ਲੈਪਟੋਪ ਲੈ ਗਏ ਵੀ ਜਿਸ ਹਿਸਾਬ ਨਾਲ ਬੰਦੇ ਨੇ ਕੰਮ ਕੀਤਾ। ਪ੍ਰਸ਼ਾਸਨ ਨੂੰ ਚਾਹੀਦਾ ਵੀ ਸੁਰੱਖਿਆ ਯਕੀਨੀ ਬਣਾਈ ਜਾਵੇ ਜਨਤਾ ਦੀ, ਅਤੇ ਆਉਣ ਵਾਲੇ ਟਾਈਮ 'ਚ ਇੱਦਾਂ ਦੇ ਅਨਸਰਾਂ 'ਤੇ ਹੱਥ ਵੱਜਦਾ, ਤਾਂ ਕਿ ਸਾਡੀ ਗਰੀਬ ਜਨਤਾ ਦੇ ਉੱਤੇ ਜਿਹੜਾ ਇਹ ਅਨਿਆਏ ਹੋ ਰਿਹਾ ਉਹ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ। ਇਹ ਜਿਹੜੀ ਮਾਰਕੀਟ ਆ ਜੀ, GRD ਕਾਲਜ ITI ਦੀ ਮਾਰਕੀਟ ਆ। ਅਸੀਂ ਸਾਰੇ ਦੁਕਾਨਦਾਰ ਭਰਾ ਇਸ ਮਾਰਕੀਟ ਦੇ ਵਿੱਚ ਕੰਮ ਕਰਦੇ ਹਾਂ, ਅਤੇ ਰਾਤ ਸਾਡੇ ਭਾਈ ਸਾਹਿਬ ਦੀ ਨਾਲ ਦੀ ਦੁਕਾਨ ਦੇ ਉੱਤੇ HS ਮੋਬਾਈਲ ਦੇ ਉੱਪਰ ਚੋਰੀ ਹੋ ਗਈ। ਅਤੇ ਅਸੀਂ ਹੁਣ ਜਦੋਂ CCTV ਕੈਮਰੇ ਦੇਖਿਆ ਤਾਂ ਦੇਖਿਆ ਕਿ ਚੱਲਦੇ ਰੋਡ ਦੇ ਉੱਤੇ 2-3 ਬੰਦਿਆਂ ਨੇ ਇਹ ਸ਼ਟਰ ਪੱਟਿਆ ਆ, ਪੱਟ ਕੇ ਇਹਨਾਂ ਦਾ 1,00,000 ਰੁਪਏ ਦਾ ਸਮਾਨ ਚੋਰੀ ਹੋਇਆ ਆ। ਅਤੇ ਅਸੀਂ ਸਾਰੇ ਦੁਕਾਨਦਾਰ ਭਰਾ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਹਾਂ ਕਿ ਸਾਡੀਆਂ ਦੁਕਾਨਾਂ ਜਿਹੜੀਆਂ ਆ ਮੇਨ ਰੋਡ ਦੇ ਉੱਤੇ ਆ, ਸਾਰਾ ਰੋਡ ਇਹ ਰਾਤ ਚੱਲਦਾ ਰਹਿੰਦਾ ਆ, ਅਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਰਾਤ ਨੂੰ ਇੱਥੇ ਇੱਕ ਟੀਮ ਦੀ ਡਿਊਟੀ ਲਾਈ ਜਾਵੇ ਜਿਹੜੀ 2-3 ਘੰਟੇ ਬਾਅਦ ਗਸ਼ਤ ਕਰਦੀ ਰਹੇ, ਕਿਉਂਕਿ ਚੱਲਦੇ ਰੋਡ ਦੇ ਉੱਤੋਂ ਜੇ ਦੁਕਾਨ ਸੇਫ ਨਹੀਂ ਹੈਗੀ ਤਾਂ ਅੰਦਰ ਗਲੀਆਂ ਦੇ ਵਿੱਚ ਦੁਕਾਨ ਕੀ ਸੇਫ ਰਹਿ ਜਾਏਗੀ। ਪ੍ਰਸ਼ਾਸਨ ਕੋਲੋਂ ਇਹ ਮੰਗ ਆ ਕਿ ਇੱਥੇ ਇੱਕ ਅੱਧੇ ਬੰਦੇ ਦੀ ਡਿਊਟੀ ਲਾਈ ਜਾਵੇ ਤਾਂ ਕਿ ਸਾਰੇ ਰੋਡ ਦੇ ਉੱਪਰ ਇਹ ਘੁੰਮਣ, ਤਾਂ ਕਿ ਦੁਕਾਨਾਂ ਦੀ ਜਿਹੜੀ ਆ ਸਾਡੀ ਸੇਫਟੀ ਬਣੀ ਰਹੇ।